ਸੰਘਰਸ਼ ਕਰਦੇ ਹੋਏ ਡੀਸੀ ਆਫਿਸ ਜਿਹੜਾ ਹੈ ਕਿਸੇ ਦੇ ਪਿਓ ਦਾ ਨਹੀਂ। ਇਹ ਗੱਲ ਮੈਂ ਵੀ ਕਹਿੰਦਾ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਕਿਸੇ ਦੇ ਬਾਪ ਦਾ ਨਿੱਜੀ ਤੌਰ 'ਤੇ ਨਹੀਂ ਹੈਗਾ, ਤੁਹਾਡੇ ਹੱਕ ਦੀ ਕੋਈ ਗੱਲ ਨਹੀਂ ਕਰਦਾ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ। ਖਰੀਆਂ ਖਰੀਆਂ ਦੋਸਤੋ, ਪਿਛਲੇ ਦਿਨੀ ਡੀਸੀ ਸਾਹਿਬ ਦੇ ਨਾਲ ਬੈਂਸ ਸਾਹਿਬ ਦੀ ਬਹੁਤ ਜ਼ਿਆਦਾ ਤੂਤੂ ਮੈਂ ਹੋਈ ਸੀ। ਕਿਤੇ ਨਾ ਕਿਤੇ ਡੀਸੀ ਸਾਹਿਬ ਨੂੰ ਵੀ ਕ੍ਰਿਟੀਸਾਈਜ਼ ਕੀਤਾ ਗਿਆ ਔਰ ਦੂਸਰੇ ਪਾਸੇ ਬੈਂਸ ਸਾਹਿਬ ਦੀ ਭਾਸ਼ਾ ਨੂੰ ਵੀ ਲੈ ਕੇ ਕ੍ਰਿਟੀਸਾਈਜ਼ ਕੀਤਾ ਗਿਆ ਕਿ ਇੱਕ ਲੋਕਾਂ ਦਾ ਨੁਮਾਇੰਦਾ ਚੁਣਿਆ ਹੋਇਆ ਜਦੋਂ ਉਹ ਤੂੰ ਸ਼ਬਦ ਕਹਿ ਕੇ ਬੋਲਦਾ ਹੈ ਤਾਂ ਉਸ ਵੇਲਾ ਮਤਲਬ ਉਸ ਦੀ ਪੜ੍ਹਾਈ ਲਿਖਾਈ 'ਤੇ ਵੀ ਬਹੁਤ ਸਾਰੇ ਪ੍ਰਸ਼ਨ ਉੱਠੇ ਨੇ। ਹਾਲਾਂਕਿ ਉਸ ਵੇਲਾ ਕਿਸ ਗੁੱਸੇ ਵਿੱਚ ਸੀ ਔਰ ਡੀਸੀ ਸਾਹਿਬ ਵੀ ਮਤਲਬ ਉਸ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਸੀ, ਜਿਸ ਕਰਕੇ ਉਹ ਭੜਕ ਗਏ। ਲੇਕਿਨ ਅਸਲ ਵਿੱਚ ਬੈਂਸ ਸਾਹਿਬ ਭੜਕੇ ਕਿਉਂ ਆ, ਇਹ ਸਵਾਲ ਆਪਣੇ ਆਪ ਵਿੱਚ ਹੈ, ਕਿਉਂਕਿ ਬੈਂਸ ਸਾਹਿਬ ਨੇ ਮੁੱਦਾ ਜੇ ਉਠਾਇਆ ਸੀ ਤਾਂ ਸਿਰਫ ਪਬਲਿਕ ਦਾ ਉਠਾਇਆ ਸੀ ਔਰ ਉਹ ਪਬਲਿਕ ਜਿਹੜੀ ਕਿ ਪਟਾਕਿਆਂ ਦੀ ਫੈਕਟਰੀ ਦੇ ਵਿੱਚ ਮਤਲਬ ਲੋਕ ਮਾਰੇ ਗਏ ਨੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦੁੱਖ ਵਿੱਚ ਜਦੋਂ ਸ਼ਰੀਕ ਹੋਣ ਗਏ, ਉਹਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਉਹਨਾਂ ਦੇ ਬੰਦੇ ਜਿਹੜੇ ਲਾਪਤਾ ਹੋਏ ਉਹ ਨਹੀਂ ਮਿਲੇ, ਤਾਂ ਉਹ ਜਿਹੜੇ ਸੀਗੇ ਪਰਿਵਾਰਕ ਮੈਂਬਰ ਜਦੋਂ ਡੀਸੀ ਸਾਹਿਬ ਨੂੰ ਮਿਲੇ ਉਸ ਵੇਲਾ ਕੋਈ ਉਹਨਾਂ ਦੀ ਗੱਲਬਾਤ ਹੋ ਚੁੱਕੀ ਸੀ। ਲੇਕਿਨ ਉਸ ਸੰਬੰਧ ਦੇ ਵਿੱਚ ਇੱਕ ਬਾਬਾ ਇਹਨਾਂ ਦਿਨਾਂ ਵਿੱਚ ਸੜਕ 'ਤੇ ਫਿਰਦਾ ਨਜ਼ਰ ਆ ਰਿਹਾ ਜੋ ਬੈਂਸ ਸਾਹਿਬ ਦੇ ਕਰ ਰਿਹਾ ਹੈ ਬਹੁਤ ਵੱਡੇ ਵੱਡੇ ਖੁਲਾਸੇ। ਕੀ ਕਰ ਰਿਹਾ ਖੁਲਾਸੇ, ਤੁਸੀਂ ਖੁਦ ਸੁਣ ਸਕਦੇ ਹੋ। ਬਾਬਾ ਜੀ, ਹਾਂਜੀ, ਕੀ ਸੰਦੇਸ਼ ਦੇ ਰਹੇ ਹੋ? ਬਾਬਾ ਜੀ, ਲੋਕ ਭਲਾਈ ਪਾਰਟੀ ਦੇ ਸਿਮਰਨਜੀਤ ਸਿੰਘ ਬੈਂਸ ਜੀ ਲੋਕ ਮਾਰੂ ਨੀਤੀਆਂ ਦੇ ਲਈ ਸੰਘਰਸ਼ ਕਰਦੇ ਹੋਏ ਡੀਸੀ ਆਫਿਸ ਪਹੁੰਚੇ। ਉਹਨਾਂ ਨੇ ਜਾ ਕੇ ਕਿਹਾ ਕਿ ਡੀਸੀ ਆਫਿਸ ਜਿਹੜਾ ਹੈ ਕਿਸੇ ਦੇ ਪਿਓ ਦਾ ਨਹੀਂ। ਇਹ ਗੱਲ ਮੈਂ ਵੀ ਕਹਿੰਦਾ ਹੈ ਕਿ ਕੋਈ ਵੀ ਸਰਕਾਰੀ ਅਦਾਰਾ ਕਿਸੇ ਦੇ ਬਾਪ ਦਾ ਨਿੱਜੀ ਤੌਰ 'ਤੇ ਨਹੀਂ ਹੈਗਾ। ਇਸ ਕਰਕੇ ਜਿਹੜਾ ਸਾਡਾ ਲੀਡਰ ਕਿਸੇ ਲਈ ਸੰਘਰਸ਼ ਕਰਨ ਲਈ ਗਿਆ ਹੈ ਉਹਦੇ ਉੱਤੇ ਹੀ FIR ਦਰਜ ਕਰ ਦਿੱਤੀ ਆ, ਇਹ ਕਿੱਥੋਂ ਦਾ ਇਨਸਾਫ ਆ? ਮੈਂ ਅੰਮ੍ਰਿਤਸਰ ਤੋਂ ਬੋਲ ਰਿਹਾ ਹੈ ਬੈਂਸ ਸਾਹਿਬ ਦੇ ਪੱਖ ਦੇ ਵਿੱਚ ਔਰ ਮੇਰੇ ਮਗਰ ਪੂਰੀ ਜਨਤਾ ਨੂੰ ਬੋਲਣਾ ਚਾਹੀਦਾ ਪੰਜਾਬ ਦੀ ਨੂੰ, ਕਿਉਂਕਿ ਜਿੰਨਾ ਚਿਰ ਤੁਹਾਡੇ ਮਗਰ ਆਣ ਕੇ ਤੁਹਾਡੇ ਹੱਕ ਦੀ ਕੋਈ ਗੱਲ ਨਹੀਂ ਕਰਦਾ ਉਹਨਾਂ ਚਿਰ ਸਰਕਾਰ ਦੇ ਕੰਨਾਂ 'ਚ ਆਵਾਜ਼ ਕਿਸ ਤਰ੍ਹਾਂ ਪਹੁੰਚੇਗੀ? ਸਰਕਾਰ ਦੇ ਵੀਰ ਕੰਨਾਂ 'ਚ ਆਵਾਜ਼ ਪਹੁੰਚਾਈ ਜਾ ਰਹੀ ਹੈ ਕਿ ਜਿਹੜੀ ਸਿਮਰਨਜੀਤ ਸਿੰਘ ਬੈਂਸ ਦੇ ਉੱਤੇ FIR ਕੀਤੀ ਹੈ ਪੰਜਾਬ ਸਰਕਾਰ ਉਹਨੂੰ ਵਾਪਸ ਲਵੇ। ਵੈਰੀ ਗੁੱਡ, ਬਿਲਕੁਲ ਜੀ, ਬੈਂਸ ਸਾਹਿਬ ਨੇ ਕੋਈ ਗਲਤ ਨਹੀਂ ਕੀਤਾ ਔਰ ਬੈਂਸ ਸਾਹਿਬ ਨੇ ਹਮੇਸ਼ਾ ਜਦੋਂ ਵੀ ਉਠਾਏ ਨੇ ਲੋਕਾਂ ਦੇ
ਮੁੱਦੇ ਉਠਾਏ ਨੇ ਔਰ ਖਾਸ ਕਰਕੇ ਜਿਹੜੇ ਆਫਿਸਰ ਪੀੜ੍ਹੀ ਹੈ ਉਸ ਨੂੰ, ਮਤਲਬ ਜੋ ਕੰਮ ਨਹੀਂ ਕਰਦੀ, ਸਾਰੇ ਤਾਂ ਨਹੀਂ ਕਹਿ ਸਕਦੇ, ਜੋ ਪਬਲਿਕ ਦੇ ਹਿੱਤ ਵਿੱਚ ਕੰਮ ਨਹੀਂ ਕਰ ਸਕਦੀ ਉਹਨਾਂ ਦਾ ਜੇ ਹਾਲ ਹੋਏਗਾ ਤਾਂ ਇਸੇ ਤਰ੍ਹਾਂ ਦਾ ਹੀ ਹੋਏਗਾ। ਅੰਤ ਵਿੱਚ ਤੁਸੀਂ ਜੁੜੇ ਰਹੋ A1 ਪੰਜਾਬੀ TV ਦੇ ਨਾਲ।